स्याणे ने कहा शौक का कोई मुल नहीं होंदा ते असी यही गल लड़ पांगे। म्यान चो निकली तलवार लू लगे बगैर वापस नहीं जाती। मेरी जिंदगी का एक टारगेट है, चीता मैं अपने हथी मारना है। म्याऊं कार्ड चीत्या नाल मिलके नहीं करी दी। मैनू लगता सौण पातों तो पहले ही डड्डू खड्डा चो बहर आ चुके है। पोते पड़पोते भी याद रखेंगे कि बापू वर्गिया ने कांड किया। जे चिट्टा करना ओहदे लई खेड़ है ना, तां बंदे मारना बनाउणा अपने लई भी खेड़ है। एक वारी पता तां लगे केड़ी खड्ड च लुकिआ है। ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਕਿ ਕਰ ਟੈ 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 ਖੜ ਜਾ ਓਏ। ਮੋੜਾ ਤਾਂ ਲੈਂਦੇ ਜਾਓ। ਵੈਲਕਮ ਬੈਕ ਟੂ ਮਾਈ ਚੈਨਲ। ਉਮੀਦ ਕਰਦਾ ਵਾਂ ਕਿ ਤੁਸੀਂ ਸਾਰੇ ਹੀ ਖੈਰੀਅਤ ਦੇ ਨਾਲ ਹੋਵੋਗੇ। ਸ਼ਿਕਾਰੀ 2 ਦਾ ਟ੍ਰੇਲਰ ਰਿਲੀਜ਼ ਹੋ ਗਿਆ ਵਾ, ਜਿਹਦੇ ਵਿੱਚ ਕਹਾਣੀ ਹੈ ਪਿੰਡ ਚੱਕਾਂ ਦੇ 3 ਸ਼ਿਕਾਰੀ ਦੋਸਤਾਂ ਦੀ, ਜਿਨ੍ਹਾਂ ਨੇ ਆਪਣੇ ਪਹਿਲੇ ਸੀਜ਼ਨ ਦੇ ਵਿੱਚ ਹੀ ਤਹਿਲਕਾ ਮਚਾ ਦਿੱਤਾ ਸੀ। ਸਟੋਰੀ ਬਿਲਕੁਲ ਸਿੰਪਲ ਸੀ। 3 ਸ਼ਿਕਾਰੀ ਬਚਪਨ ਤੋਂ ਹੀ ਪੱਕੇ ਯਾਰ ਸਨ। ਉਹਨਾਂ ਦੇ ਕੁਝ ਸੁਪਨੇ ਸਨ ਜਿਹੜੇ ਉਹ ਪੂਰੇ ਕਰਨੇ ਚਾਹੁੰਦੇ ਸੀ, ਭਾਵੇਂ ਉਹ ਲੀਗਲ ਹੋਣ ਜਾਂ ਇਨਲੀਗਲ ਹੋਣ। ਕਹਿਣ ਨੂੰ ਕੁਹਾਂਦੇ ਜੱਦੀ ਸਰਦਾਰ ਸਨ ਅਤੇ ਪੈਸਿਆਂ ਦੀ ਕੋਈ ਕਮੀ ਨਾ ਸੀ, ਪਰ ਇਸ ਦੇ ਬਾਵਜੂਦ ਉਹ ਬੈਂਕਾਂ ਦੇ ਵਿੱਚ ਡਕੈਟੀਆਂ ਪਾਉਂਦੇ ਸਨ ਸਿਰਫ ਔਰ ਸਿਰਫ ਆਪਣਾ ਸ਼ੌਕ ਪੂਰਾ ਕਰਨ ਲਈ। ਬੈਂਕ ਦੀ ਡਕੈਟੀ ਤੋਂ ਬਾਅਦ ਦਿੱਲੀ ਤੋਂ ਇੱਕ ਪੁਲਿਸ ਅਫਸਰ ਇਨਵੈਸਟੀਗੇਸ਼ਨ ਲਈ ਆਉਂਦਾ ਹੈ, ਜਿਹੜਾ ਇਹਨਾਂ ਦੇ ਦੁਸ਼ਮਣਾਂ ਦੇ ਨਾਲ ਮਿਲਿਆ ਹੁੰਦਾ ਹੈ। ਅਤੇ ਕੁੱਲ ਮਿਲਾ ਕੇ ਇਹ ਸਾਰੇ ਜਣੇ ਪਲੈਨ ਬਣਾਉਂਦੇ ਨੇ ਇਨ 3 ਸ਼ਿਕਾਰੀਆਂ ਨੂੰ ਖਤਮ ਕਰਨ ਲਈ। ਅਤੇ ਪਲੈਨ ਬਣਾਉਣ ਤੋਂ ਬਾਅਦ ਜਦੋਂ ਇਹਨਾਂ ਤਿੰਨਾਂ ਨੂੰ ਪਤਾ ਲੱਗਦਾ ਹੈ ਇਸ ਬਾਰੇ ਦੇ ਵਿੱਚ, ਫਿਰ ਇਹ ਕਿਸ ਤਰ੍ਹਾਂ ਬਚਦੇ ਨੇ ਅਤੇ ਆਪਣੇ ਦੁਸ਼ਮਣਾਂ ਨੂੰ ਕਿੱਦਾਂ ਖਤਮ ਕਰਦੇ ਨੇ, ਇਹੀ ਸਾਨੂੰ ਵੇਖਣ ਨੂੰ ਮਿਲੇਗਾ ਸੀਜ਼ਨ 2 ਦੇ ਵਿੱਚ। ਪਹਿਲੇ ਸੀਜ਼ਨ ਨੂੰ ਵੀ ਪ੍ਰਿੰਸ ਕਵਲਜੀਤ ਨੇ ਹੀ ਲਿਖਿਆ ਸੀ, ਜਿਨ੍ਹਾਂ ਨੂੰ ਅਸੀਂ ਪੰਛੀ ਅਤੇ ਵਾਰਨਿੰਗ ਦੇ ਵਿੱਚ ਐਜ਼ ਏ ਐਕਟਰ ਵੇਖਿਆ ਸੀ। ਹੁਣ ਕੀ ਹੋਣ ਵਾਲੀ ਹੈ ਇਨ 3 ਸ਼ਿਕਾਰੀਆਂ ਦੀ ਕਹਾਣੀ ਸੀਜ਼ਨ 2 ਦੇ ਵਿੱਚ? ਸ਼ਿਕਾਰੀ 2 ਦਾ ਸੀਜ਼ਨ ਬਹੁਤ ਹੀ ਜਲਦੀ ਸਾਨੂੰ ਚੁਪਾਲ TV 'ਤੇ ਵੇਖਣ ਵਾਸਤੇ ਅਵੇਲੇਬਲ ਹੋਣ ਵਾਲਾ ਹੈ। ਤੁਹਾਨੂੰ ਸੀਜ਼ਨ 1 ਕਿਵੇਂ ਦਾ ਲੱਗਿਆ ਬੋਕਸ ਜ਼ਰੂਰ ਦੱਸਿਓ। ਵੀਡੀਓ ਪਸੰਦ ਆਵੇ ਤਾਂ ਲਾਈਕ ਅਤੇ ਸ਼ੇਅਰ ਕਰਿਓ, ਅਤੇ ਇਸੇ ਤਰ੍ਹਾਂ ਦੀ ਲੇਟੈਸਟ ਅਪਡੇਟ ਦੇ ਬਾਰੇ ਜਾਣਨ ਲਈ ਸਾਡੇ ਚੈਨਲ ਨੂੰ